ਫਗਵਾੜਾ ਸ਼ਹਿਰ ਦੇ ਸਤਨਾਮਪੁਰਾ ਵਿਖੇ ਮਾਹੌਲ ਉਸ ਵੇਲੇ ਗਰਮਾ ਗਿਆ ਜਦੋਂ ਨਗਰ ਨਿਗਮ ਦੇ ਸਫਾਈ ਕਰਮਚਾਰੀਆਂ ਨੇ ਥਾਣਾ ਸਤਨਾਮਪੁਰਾ ਦੇ ਅੱਗੇ ਧਰਨਾ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਰੋਡ ਜਾਮ ਕਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਸਫਾਈ ਕਰਮਚਾਰੀ ਸਤਨਾਮਪੁਰੇ ਸਫਾਈ ਕਰਨ ਲਈ ਗਏ ਸਨ, ਜਿਸ ਤੋਂ ਬਾਅਦ ਕਿਸੇ ਸੁਨਿਆਰੇ ਦੀ ਦੁਕਾਨ ਮਾਲਕ ਵੱਲੋਂ ਸਫਾਈ ਕਰਮਚਾਰੀਆਂ ਨੂੰ ਅਪਸ਼ਬਦ ਬੋਲੇ ਗਏ, ਜਿਸ ਦੇ ਰੋਸ ਵਜੋਂ ਥਾਣਾ ਸਤਨਾਮਪੁਰਾ ਵਿਖੇ ਸਫਾਈ ਕਰਮਚਾਰੀਆਂ ਵੱਲੋਂ ਧਰਨਾ ਲਗਾ ਦਿੱਤਾ ਗਿਆ। ਮਾਹੌਲ ਗਰਮ ਹੁੰਦਾ ਦੇਖ ਮੌਕੇ 'ਤੇ DSP ਅਸ਼ਰੂ ਰਾਮ ਧਰਨਾਕਾਰੀਆਂ ਕੋਲ ਪੁੱਜੇ ਅਤੇ ਉਹਨਾਂ ਦੀ ਗੱਲਬਾਤ ਸੁਣਨ ਤੋਂ ਬਾਅਦ ਧਰਨਾਕਾਰੀਆਂ ਨੂੰ ਸ਼ਾਂਤ ਕਰਵਾਇਆ ਗਿਆ। ਇਸ ਮੌਕੇ ਨਗਰ ਨਿਗਮ ਦੇ ਸਫਾਈ ਕਰਮਚਾਰੀਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੁਨਿਆਰੇ ਦੇ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੌਕੇ DSP ਫਗਵਾੜਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਫਗਵਾੜਾ ਨਗਰ ਨਿਗਮ ਸਫਾਈ ਕਰਮਚਾਰੀਆਂ ਵੱਲੋਂ ਇੱਕ ਲਿਖਤੀ ਸ਼ਿਕਾਇਤ ਉਹਨਾਂ ਨੂੰ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਜੋ ਵੀ ਬਿਆਨਾਂ ਦੇ ਆਧਾਰ 'ਤੇ ਬਣਦੀ ਕਾਨੂੰਨੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ। ਫਗਵਾੜਾ ਤੋਂ ਸ਼ਰਨਜੀਤ ਸਿੰਘ, ਸੋਨੀ ਦੀ ਰਿਪੋਰਟ। ਹਾਂਜੀ ਮੈਡਮ, ਕੀ ਨਾਂ ਤੁਹਾਡਾ ਜੀ? ਕੀ ਮਾਮਲਾ, ਕਿਹੜਾ ਥਾਣੇ ਸਤਨਾਮਪੁਰ ਤੇ ਇਕੱਠੇ ਹੋਏ ਅੱਜ? ਸਰ ਸਨਫਲਾਵਰ ਸਕੂਲ ਦੇ ਕੋਲ ਹੈ ਨਾ ਸੁਨਿਆਰਿਆਂ ਦੀ ਦੁਕਾਨ ਆ, ਉਹ ਸਾਨੂੰ ਗਲਤ ਬੋਲੇ ਬਹੁਤ। ਕੀ ਕਾਰਨ? ਅਫਸਰ ਦੇ ਉੱਤੇ ਵੀ ਉਹਨਾਂ ਨੇ ਹੱਥ ਚੱਕਣ ਦੀ ਕੋਸ਼ਿਸ਼ ਕੀਤੀ ਤੇ ਸਾਡੀ ਜਾਤੀ ਦੇ ਉੱਤੇ ਵੀ ਉਹਨਾਂ ਨੇ ਸਵਾਲ ਉਠਾਇਆ, ਕਹਿੰਦਾ ਮੂੰਹ ਚੁੱਕ ਕੇ ਆ ਜਾਂਦੀਆਂ, ਚੂੜੇ ਸਾਨੂੰ ਕਿਹਾ ਵਾ। ਤੁਸੀਂ ਕਿੱਧਰ ਗਏ ਸੀ ਕਿਤੇ ਸਨਫਲਾਵਰ ਵਾਲ ਸਨਫਲਾਵਰ ਵਾਲ ਲੱਗੀ ਸੀ ਸਰ, ਸਾਡੀ ਸਨਫਲਾਵਰ ਦੇ ਕੋਲ ਡਿਊਟੀ ਲੱਗੀ ਸੀਗੀ, ਉਹ ਥੜੀਆਂ ਦੇ ਥੱਲੇ ਕੂੜਾ ਸੀਗਾ, ਉਹ ਸਾਨੂੰ ਕਹਿੰਦੇ ਵੀ ਕੂੜਾ ਕੱਢੋ, ਅਸੀਂ ਕਿਹਾ ਵੀ ਭਾਅ ਜੀ ਤੁਸੀਂ ਆਪਣਾ ਕੋਈ ਹੈ ਨਾ ਪ੍ਰਾਈਵੇਟ ਬੰਦਾ ਲਾ ਕੇ ਅਤੇ ਇਹ ਕੂੜਾ ਚੁਕਾ ਦਿਆ ਕਰੋ, ਕਹਿੰਦਾ ਮੈਂ ਨਹੀਂ ਦਿੰਦਾ ਪੈਸੇ, ਅਤੇ ਅਸੀਂ ਕਿਹਾ ਅਸੀਂ ਤਾਂ ਭਾਅ ਜੀ ਤੁਹਾਡੇ ਕੋਲ ਪੈਸੇ ਮੰਗੇ ਹੀ ਨਹੀਂ ਹੈਗੇ ਆ, ਨਹੀਂ ਨਹੀਂ ਮੈਂ ਨਹੀਂ ਦਿੰਦਾ, ਕਹਿੰਦਾ 500 ਮੰਗਣ ਆ ਜਾਂਦੇ ਚੂੜੇ ਆ, ਕਿ 10 ਦਿਨਾਂ ਬਾਅਦ ਆ ਜਾਂਦੇ ਆ, ਮੂੰਹ ਚੱਕ ਕੇ ਆ ਜਾਂਦੇ ਆ। ਕਿੰਨੇ ਕੁ ਵਜੇ ਦੀ ਘਟਨਾ ਅੱਜ? ਹੁਣੇ ਦੀ ਹੋਣ ਦੀ 3 ਦਿਨ ਦੀ ਗੱਲ ਹੈ। ਤੇ ਫਿਰ ਸਾਨੂੰ ਕਹਿੰਦਾ ਅਸੀਂ ਹੈ ਨਾ ਜਾਣਦਾ ਕਿ ਮੈਂ ਜੋ ਤੁਸੀਂ ਚਾਹੁੰਦੇ ਆ, ਫਿਰ ਟੈਮ ਅਸੀਂ ਕੀ ਚਾਹੁੰਦੇ ਆ ਤੇਰੇ ਕੋਲੋਂ, ਤੁਸੀਂ ਆਣਾ ਵੀ ਆਣਾ ਤੁਹਾਨੂੰ ਅਕਲ ਨਹੀਂ ਬੋਲਣ ਦੀ। ਤੁਸੀਂ ਕੋਈ ਲਿਖਦੀ ਕੰਪਲੇਟ ਦੀ ਤੁਹਾਨੂੰ ਸਲਾਮਪੁਰੇ ਕੋਈ? ਹਾਂਜੀ। ਕੀ ਕਹਿੰਦੇ ਤੁਹਾਨੂੰ ਹੁਣ, ਅਫਸਰ ਕੀ ਕਹਿੰਦੇ ਆ? ਉਹਨਾਂ ਨੇ ਕਹਿੰਦੇ ਵੀ ਅਸੀਂ ਬਹੁਤ ਕਰਦੇ ਹਾਂ, ਅਸੀਂ ਤਾਂ ਇਹ ਚਾਹੁੰਦੇ ਆ ਕਿ ਉਹਨੂੰ ਇੱਥੇ ਬੁਲਾਇਆ ਜਾਵੇ ਤੇ ਉਹ ਸਾਡੇ ਸਾਹਮਣੇ ਮਾਫੀ ਮੰਗੇ। ਉਹ ਮਾਫੀ ਕਿਉਂ ਪਰਚਾ ਲੱਗ ਗਿਆ? ਅਸੀਂ ਤਾਂ ਅਫਸਰਾਂ ਦੇ ਅੱਗੇ ਨਾ ਹੱਥ ਚੱਕਿਆ ਵਾ, ਇਹਨਾਂ ਨੂੰ ਬੋਲਿਆ ਵਾ, ਉਹਨਾਂ ਨੂੰ ਵੀ ਸਾਡੇ ਸੁਪਰਵਾਈਜ਼ ਬਹਿਜਲ ਜੀ, ਪੱਪੂ ਜੀ, ਪੱਪੂ ਵਾਲਮੀਕੀ ਜੀ ਨੇ ਸਤਨਾਮਪੁਰੇ ਵਿਖੇ ਧੰਨ ਲਕਸ਼ਮੀ ਜੂਲਰ ਦੇ ਕੋਲ ਸਾਡੀਆਂ ਬੀਬੀਆਂ ਸਫਾਈ ਸੇਵਕਾਂ ਨੂੰ ਸਫਾਈ ਕਰਨ ਭੇਜਿਆ ਸੀ। ਉੱਥੇ ਜਿਹੜਾ ਧੰਨ ਲਕਸ਼ਮੀ ਜੂਲਰ ਦਾ ਮਾਲਕ ਆ ਉਹ ਬੜੇ ਬਦਤਮੀਜ਼ ਨਾਲ ਬੋਲਿਆ, ਇਹਨੇ ਜਾਤੀ ਸੂਚ ਸ਼ਬਦ ਵੀ ਬੋਲਿਆ ਅਤੇ ਮੁਲਾਜ਼ਮਾਂ ਨੂੰ ਗਾਲੀ ਗਲੋਚ ਕੀਤਾ। ਅਸੀਂ ਇਹਦੀ ਘੋਰ ਨਿੰਦਾ ਕਰਦੇ ਹਾਂ, ਅਸੀਂ ਚਾਹੁੰਦੇ ਹਾਂ ਵੀ ਇੱਥੇ ਪਰਚਾ ਦਰਜ ਕੀਤਾ ਜਾਵੇ। ਕੀ ਕਾਰਨ ਕੀ ਸੀਗਾ ਭਾਅ ਜੀ ਪੂਰਾ ਲੜਾਈ ਝਗੜਾ ਜਿਹੜਾ ਉੱਥੇ ਮਾੜਾ ਮੋਟਾ ਹੋਇਆ? ਕਰਨ ਗਏ ਸੀ, ਇਹਦੇ ਧੰਨ ਲਕਸ਼ਮੀ ਜਿਹੜਾ ਜੂਲਰ ਦਾ ਮਾਲਕ ਆ ਉਹ ਕਹਿੰਦਾ ਮੂੰਹ ਚੱਕ ਆਇਆ ਨਹੀਂ, ਕਹਿੰਦਾ 10 ਦਿਨ ਬਾਅਦ, ਕਹਿੰਦਾ ਚੂੜੇ ਗਏ ਜੀ। ਇਕੱਲਾ ਸੀਗਾ ਕਿ ਨਾਲ ਕੋਈ ਹੋਰ ਵੀ ਸੀ ਕੋਈ ਉੱਥੇ? ਨਹੀਂ, 8-10 ਬੀਬੀਆਂ ਸੀ, ਨਹੀਂ ਉਹ ਇਕੱਲਾ ਹੀ ਸੀ। ਅਤੇ ਹੁਣ ਕੀ ਮੰਗ ਕਰਦੇ ਪ੍ਰਜਾ ਜਨ? ਮੰਗ ਕਰਦੇ ਅਤੇ ਪਰਚਾ ਦਰਜ ਕੀਤਾ। ਪਰਚਾ ਦਰਜ ਹੋਵੇ। ਹਾਂਜੀ ਸਰ, ਕੀ ਮਾਮਲਾ ਸੀਗਾ ਜੀ ਅੱਜ ਜਿਹੜੀ ਲੇਡੀਜ਼ ਇਕੱਠੀਆਂ ਹੋਈਆਂ ਥਾਣੇ ਦੇ ਵਿੱਚ? ਅੱਜ ਸਫਾਈ ਕਰਮਚਾਰੀ ਸੀ ਇੱਥੇ ਸਫਾਈ ਕਰਨ ਗਏ ਸੀ, ਮੁਹੱਲੇ 'ਚ ਸਫਾਈ ਕਰਦੇ ਨੇ, 15 ਨਾਂ ਦੀ ਇਹ ਸਫਾਈ ਕਰਮਚਾਰੀ ਹੈ। ਇਹਦੇ ਨਾਲ 5-6 ਲੇਡੀਜ਼ ਹੋਰ ਸੀਆਂ। ਇਹ ਰੋਮੀ ਨਾਂ ਦਾ ਸੁਨਿਆਰਾ ਇੱਕ ਉਹਦੀ ਦੁਕਾਨ 'ਤੇ ਸਫਾਈ ਕਰਨ ਗਈਆਂ ਸੀ। ਉਹ ਜਿਹੜਾ ਕਚਰਾ ਸੀ, ਕਚਰਾ ਇੱਕ ਇਹਨਾਂ ਦੇ ਬਾਥਰੇ ਥੱਲੇ ਜਿਹੜੇ ਨੀਚੇ ਜਿਹੜੀ ਬੜੀ ਦੇਰੀ ਬਣੀ ਸੀ ਉਹਦੇ ਨੀਚੇ ਪਿਆ ਸੀਗਾ ਉਹ, ਅਤੇ ਉਹਨਾਂ ਨੇ ਕਿਹਾ ਵੀ ਤੁਸੀਂ ਆਹ ਕਚਰਾ ਵੀ ਚੱਕੋ, ਅਤੇ ਜਿਸ 'ਤੇ ਫਿਰ ਇਹਨਾਂ ਨੇ ਸਫਾਈ ਕਰਨ 'ਤੇ ਰਹਿੰਗੇ ਵੀ ਇਹ ਕਚਰਾ ਅਸੀਂ ਨਹੀਂ ਚੱਕਣਾ, ਇਹ ਤੁਸੀਂ ਤੁਹਾਡਾ ਪਰਸਨਲ ਕਚਰਾ ਇਹ ਆਪ ਉੱਥੇ ਆਪ ਚੁਕਾਓ ਜੀ। ਉੱਥੇ ਕਹਾ ਸੁਣੀ ਹੋ ਗਈ ਅਤੇ ਇਹਨਾਂ ਵੱਲੋਂ ਕੰਪਲੇਂਟ ਦਰਜ ਹੋਈ ਹੈ ਵੀ ਰੋਮੀ ਜਿਹੜਾ ਸੁਨਿਆਰਾ ਉਹਨੇ ਸਾਨੂੰ ਬੁਲਾ ਭਰਾ ਪਿਆ, ਅਤੇ ਉਹਦੇ ਸੰਬੰਧ 'ਚ ਕੰਪਲੇਂਟ ਦੇ ਗਏ ਨੇ, ਅਸੀਂ ਜਿਸ ਤਰ੍ਹਾਂ ਦੀ ਕਾਰਵਾਈ ਹੋਊਗੀ
ਉਹ ਕਰ ਦਿੱਤੀ ਜਾਵੇ। ਠੀਕ ਹੈ ਜੀ। Subscribe now and press the bell icon. Never miss an update.